आ नीले बाबे ने भी शर्म ला रखी है, ढक्कण नहीं चकदा, पहाड़ा च ढक्कण चक रखिया, उत्थे बदल फटी जांदे ने, इत्थे वी नहीं पैंदा। पूरी आउंदी आ, दुर्गी लगदी है, मत्था टेकदी अम्मा जी। जिउंदी रह, बसदी रह, बुढ सुहागण हो, कुड़े मेरी तां सियाण च ही आई तू। दी मां आ, बंसा दी मां, महिंद्र। अच्छा नी महिंद्र, नी भाई जा, इत्थे भाई जा, अम्मा जी भाई जा, इत्थे भाई जा। पुछे ना कुछ महिंद्रो, मेनू तो 8 दिन हो गए, मैं बसा च तुरी फिरदी हां। कोई जरूरी काम होऊ अम्मा जी, तू इन्ने दिन लाया ई। नी जरूरी काम कादा कुड़े, नी जिद्दे दी तीवी फ्री करिए, न पुत्ते दा घरे रहनु ता कुड़े जीए नी करदा। तीवी फ्री अम्मा जी? नी बसां दा किराया माफ होया जिद्दे दा, ओदे दा ता बसां जी करदा वी बस फिरी जा फिरी जा फिरी जा। नी अम्मा जी सही कहनी है, हुण तां मेरा भी जाय खाण दा जमीन जी लगदा करे, सारा दिन मन हवा खोरी जी नु करी जांदा। नी ऐसे हवा खोरी करके मैं वीर पठानकोट पहुंच गई, पठानकोट। ऊ मैं मच जा, नी आईडी दूर, नी ओ तां रब दियां जड़ां च है। नी बाली दूर है वीर, जदों मैं मिंद्रो उत्थे पहुंची पठानकोट, मेरे नु पुत्तियां दा याद आया वीर, इत्थे तां मेरी कोई रिश्तेदारी नहीं हैगी। ਵੀਰ ਫੇਰ ਕੀ ਹੋਇਆ, ਮਨ ਨੂੰ ਇੰਨੀ ਘਬਰਾਹਟ ਹੋਈ, ਮੈਂ ਤਾਂ ਬੱਸ ਚ ਬਹਿ ਗਈ। ਅੱਛਾ, ਬੱਸ ਕਨੈਕਟਰ ਮੱਚਿਆ ਪਿਆ ਕੁੜੇ, ਬਾਲਾ ਮੱਚਿਆ ਪਿਆ ਹੈ, ਲੈ ਮੈਂ ਆਧਾਰ ਕਾਰਡ ਦਿਖਾ ਕੇ ਬਹਿ ਗਈ। ਅੱਛਾ, ਨਾ ਹੀ ਨਹੀਂ ਪੁੱਛਿਆ ਕਨੈਕਟਰ ਨੇ ਵੀ ਕਿੱਥੇ ਜਾਣਾ ਤੁਸੀਂ? ਹੁਣ ਨਹੀਂ ਕੋਈ ਪੁੱਛਦਾ, ਜਿੱਥੇ ਮਰਜ਼ੀ ਜਾਓ, ਚਾਹੇ ਕੁਆਲੀਆਂ ਫੀਤਾਂ ਚ ਜਾਓ। ਫੇਰ ਮੈਂ ਵੀਰ ਜਲੰਧਰ ਆ ਗਈ, ਜਲੰਧਰੋਂ ਮੈਂ ਵੀਰ ਚਲੋ ਚਾਲ ਚਾਲ ਸੁਖਰੂਰ ਪਹੁੰਚ ਗਈ। ਅੱਛਾ, ਉੱਥੇ ਭਾਈ ਮੈਨੂੰ ਗੋਵਿੰਦੋ ਮਿਲ ਗਈ, ਚਲੋ ਅਸੀਂ ਨੇ ਭਾਈ ਚਾਹ ਪਾਣੀ ਪੀਤਾ। ਨੀ ਦੱਸਦਾ ਏਡਾ ਕੱਪ ਲਾਇਆ, ਪੁੱਤੇ ਦਾ ਗਲਾ ਗਿੱਲਾ ਵੀ ਨੀ ਹੋਇਆ। ਸਹੀ ਗੱਲ ਹੈ, ਹਾਂ, ਜਿੰਨਾ ਚਿਰ ਆਪਾਂ ਬਾਟੀ ਭਰ ਕੇ ਨਾ ਪੀ, ਆਪਾਂ ਤਾਂ ਸਵਾਦ ਨੀ ਆਉਂਦਾ, ਸਵਾਦ ਨੀ ਆਉਂਦਾ। ਫੇਰ ਵੀ ਮੈਨੂੰ ਕਹਿੰਦੀ ਮੈਂ ਮੂਨਕ ਚੱਲੀਆਂ, ਮੇਰੇ ਨਾਲ ਚੱਲ। ਅੱਛਾ, ਮੈਂ ਕਿਹਾ ਨਾ ਭਾਈ ਮੈਂ ਤਾਂ ਨੀ ਜਾਂਦੀ। ਚਲੋ ਮੈਨੂੰ ਕਹਿੰਦੀ ਸੀਗਾ ਹੋ ਜੂਗਾ, ਮੇਰੇ ਨਾਲ ਚੱਲ। ਚੱਲ ਭਾਈ ਮੈਂ ਉਹਦੇ ਨਾਲ ਬੱਸ ਰਹਿ ਗਈ, ਮੂਨਕ ਦੀ ਮੂਨਕ ਪਹੁੰਚ ਗਈਆਂ। ਗਾਹਾਂ ਸਾਡੇ ਨਾਲ ਤਾਂ ਮਿੰਦਰ ਜੱਗੋ 13ਵੀਂ ਹੋਈ ਜਦੋਂ ਮੂਨਕ ਪਹੁੰਚੀਆਂ। ਨੀ ਉੱਥੇ ਜਿਹੜੇ ਰਿਸ਼ਤੇਦਾਰਾਂ ਦੇ ਉਹਨੇ ਜਾਣਾ ਤੇ ਉਹਨਾਂ ਦੇ ਵੀਰ ਐਡਾ ਜਿੰਦਾ ਲੱਗਿਆ ਪਿਆ। ਨੀ ਫੇਰ ਕੀ ਕਰਿਆ ਸੀ, ਡਿਗਡਿਆਂ ਧੈਂਦੀਆਂ ਵੀਰ ਅੱਡੇ ਚ ਆ ਗਈਆਂ, ਆਥਣ ਹੋ ਗਿਆ, ਹਨੇਰਾ ਹੋ ਗਿਆ। ਹਾਂ, ਬਾਲਾ ਹਨੇਰਾ ਹੋ ਗਿਆ। ਨੀ ਮੈਂ ਮਰ ਜਾ, ਨੀ ਉੱਤੋਂ ਤਾਂ ਪੈ ਗਈ ਰਾਤ, ਅੱਡੇ ਚ ਤੁਸੀਂ ਕੱਲੀਆਂ? ਨੀ ਕੱਲੀਆਂ ਕਾਹਨੂੰ ਤੀ, ਹੋਰ ਵੀ ਤੀਵੀਆਂ ਬਾਉਂਦੜੀਆਂ ਫਿਰਦੀਆਂ ਤੀ। ਚੱਲ ਭਾਈ ਰਾਤ ਅਸੀਂ ਫਿਰ ਉੱਥੇ ਅੱਡੇ ਤੀ ਕੱਟੀ ਮੂਨਕ, ਜਦੋਂ ਅੱਡੇ ਤੇ ਰਾਤ ਕੱਟੀ ਮਿੰਦਰ, ਤੜਕੇ ਨੂੰ ਉੱਠੀਆਂ ਸਦੇਹਾਂ, ਗੁਰਦੁਆਰੇ ਮੱਥਾ ਟੇਕਿਆ, ਨਾਤੀਆਂ ਧੋਤੀਆਂ, ਲੰਗਰ ਛਕਿਆ, ਮੇਰੇ ਮਨ ਚ ਆਇਆ, ਮੈਂ ਕਿਹਾ ਮਨ ਬਈ ਇੱਥੇ ਲਹਿਰੇ ਤਾਂ ਆਈ ਹੋਈ, ਕਿਉਂ ਨਾ ਆਪਣੀ ਮਾਸੀ ਦੀ ਧੀ ਤੇਜੋ ਨੂੰ ਮਿਲ ਜਾ। ਨਹੀਂ ਸਹੀ ਗੱਲ ਹੈ ਅੰਮਾ ਜੀ, ਮੈਂ ਵੀਰ ਜਦੋਂ ਗਈ ਘਰੇ ਲਹਿਰੇ ਉਹਨਾਂ ਦੇ, ਉਹ ਕਹਿੰਦੇ ਤੇਜੋ ਮਰੀ ਨੂੰ ਤਾਂ 30 ਸਾਲ ਹੋ ਗਏ। ਨੀ ਤੇਰਾ ਤਾਂ ਵਾਲੀ ਮਨ ਦੁਖੀ ਹੋਇਆ ਹੋਊ ਅੰਮਾ ਜੀ। ਨੀ ਵਾਲਾ ਮਨ ਦੁਖੀ ਹੋਇਆ ਵੀਰ, ਨੀ ਲਹਿਰੇ ਤੋਂ ਲੈ ਕੇ ਇਸ ਨਾਮ ਤੱਕ ਰੋਂਦੀ ਆਈ। ਬਈ ਮੇਲੋ ਨਾਲ ਤਾਂ ਮੇਰੀ ਬੋਲ ਚਾਲ ਨੀ ਹੈਗੀ। ਨੀ ਕੀ ਗੱਲ ਹੋਆ ਗਈ ਅੰਮਾ ਜੀ? ਸੂਟਾਂ ਪਿੱਛੇ ਮਨ ਵੱਟੇ ਹੋ ਗਏ ਤੀ, ਮੁੰਡਿਆਂ ਦੇ ਵਿਆਹ ਨੂੰ ਭਾਜੀ ਪਿੱਛੇ ਲੜਤੀਆਂ ਤੀ। ਜਦੋਂ ਵੀਰ ਮੈਂ ਬਾਰ ਚ ਪਹੁੰਚੀ, ਇੱਕ ਪੈਰ ਮੇਰਾ ਕਹੇ ਜਾ, ਦੂਜਾ ਕਹੇ ਨਾ ਜਾ, ਮੈਂ ਤਾਂ ਮੋਟੀ ਬਸ਼ਰਮ ਹੋ ਕੇ ਭਾਗੀ ਪਈ ਉਹਨਾਂ ਦੇ ਘਰੇ। ਨੀ ਆਏ ਅੰਮਾ ਜੀ, ਘਰੋਂ ਗਿਆ ਨੂੰ ਕੋਈ ਨੀ ਮੋੜਦਾ ਹੁੰਦਾ। ਸਹੀ ਕਹਿਣੀ ਹੈ, ਜਦੋਂ ਮੈਨੂੰ ਮੇਲੋ ਨੇ ਦੇਖਿਆ, ਮੇਲੋ ਤਾਂ ਹਰੀ ਹੋ ਗਈ, ਉਹ ਤਾਂ ਮੈਨੂੰ ਭੱਜ ਕੇ ਚਿੰਬੜ ਗਈ ਕੁੜੇ। ਆਏ ਅੰਮਾ ਜੀ, ਨੁਆਹਾਂ ਨਾਲੋਂ ਮਾਸ ਕਦੇ ਵੱਡ ਹੁੰਦਾ ਹੁੰਦਾ। ਨੀ ਮੇਰੇ ਗੱਲ ਲੱਗ ਕੇ ਰੋਣ ਲੱਗ ਗਈ, ਵਿਆਹੀ ਨਾ ਵੀਰੇ ਵੀਰ, ਨੀ 7 ਸਾਲ ਬਾਅਦ ਇਕੱਠੀਆਂ ਹੋਈਆਂ ਤੀ, 7 ਸਾਲ ਬਾਅਦ। ਲੈ ਮਿਟ ਗਏ ਰੋਸੇ ਅੰਮਾ ਜੀ? ਜਮਾ ਮਿਟ ਗਏ ਵੀਰ ਰੋਸੇ, ਉਸੇ ਟਾਈਮ ਚਾਹ ਪੀ, ਨੁਹਾਂ ਨੇ ਉਹਦੀਆਂ ਨੇ ਰੋਟੀ ਪਾਣੀ ਵਾਲਾ ਵਧੀਆ ਖਵਾਇਆ, 7 ਪਿਆਉਣਾ ਕਰੀਆਂ। ਚੱਲ ਵੀਰ, ਦੋਨਾਂ ਜਾਣੀਆਂ ਨੇ ਸਮਾਨ ਬਣਾ ਲਿਆ ਪ੍ਰੋਗਰਾਮ, ਬਈ ਅੰਮ੍ਰਿਤਸਰ ਘੁੰਮ ਕੇ ਆਈਏ। ਫੇਰ ਮੈਂ ਕਿਹਾ ਲੈ ਚੱਲ ਚੱਲੀਏ ਕੁੜੇ,
ਅਸੀਂ ਵੀ ਚੱਕਿਆ ਝੋਲਾ ਵੀਰ ਅਸੀਂ ਅੰਮ੍ਰਿਤਸਰ ਪਹੁੰਚ ਗਈਆਂ ਉੱਥੇ ਮੱਥਾ ਟੇਕਿਆ ਪੰਜ ਸਨਾਨਾ ਕਰਿਆ ਲੰਗਰ ਛਕਿਆ ਰਾਤ ਕੱਟੀ ਤੇ ਤੜਕੇ ਨੂੰ ਮੇਲੋ ਕਹਿੰਦੀ ਆਪਾਂ ਹੁਣ ਆਏ ਤਾਂ ਹੈਗੇ ਆਨੰਦਪੁਰ ਨਾ ਚੱਲੀਏ ਨੀ ਚੰਗੀਆਂ ਰਹੀਆਂ ਅੰਮਾ ਜੀ ਨਾਲ ਆਨੰਦਪੁਰ ਸਾਹਿਬ ਦੇਖ ਹਾਂ ਅਸੀਂ ਵੀਰ ਆਨੰਦਪੁਰ ਸਾਹਿਬ ਪਹੁੰਚ ਗਏ ਉੱਥੇ ਪਹੁੰਚਿਆ ਮੱਥਾ ਮੁੱਥਾ ਟੇਕ ਕੇ ਤੇ ਸਾਹਮਣੇ ਵੀਰ ਨੈਣਾ ਦੇਵੀ ਨਜ਼ਰ ਪੈ ਗਈ ਮੇਲੋ ਕਹਿੰਦੀ ਹੁਣ ਇਹਦਾ ਕੰਮ ਵੀ ਨਵੇੜ ਚੱਲੀ ਹਾਂ ਅੰਮਾ ਜੀ ਆਨੰਦਪੁਰ ਦੇ ਨਾਲ ਹੀ ਪੈਂਦੀ ਹੈ ਨੈਣਾ ਦੇਵੀ ਵੀ ਨਾਲ ਹੀ ਹੈ ਵੀਰ ਅਸੀਂ ਨੈਣਾ ਦੇਵੀ ਵਾਗੀਆਂ ਉੱਥੇ ਚਲੋ ਮੱਥਾ ਟੇਕਿਆ ਆਨੰਦਪੁਰ ਆਉਂਦਿਆਂ ਨੂੰ ਫੇਰ ਆਥਣ ਹੋ ਗਿਆ ਚੱਲ ਰਾਤ ਅਸੀਂ ਨੇ ਫੇਰ ਭਾਈ ਆਨੰਦਪੁਰ ਸਹੀ ਹੈ ਉਦੋਂ ਬਾਅਦ ਤੜਕੇ ਬਹਿ ਗਈਆਂ ਬੱਸ ਚ ਵੀ ਫਤਿਹਗੜ੍ਹ ਸਾਹਿਬ ਜਾਂਦੀ ਸਹੀ ਹੈ ਫਤਿਹਗੜ੍ਹ ਮੱਥਾ ਟੇਕਿਆ ਉੱਥੇ ਮੈਨੂੰ ਲਾਲੀ ਰੁੜਕੀ ਦੀ ਮਾਂ ਮਿਲ ਗਈ ਉਹ ਵੀ ਮੱਥਾ ਟੇਕਣ ਆਈ ਸੀ ਕਹਿੰਦੀ ਪਿੰਡ ਚੱਲ ਰੁੜਕੀ ਚ ਨਾਰਥਲ ਕੋਲਿਆ ਚਲੋ ਵੀਰੋ ਘਰੇ ਲੈ ਗਈ ਰੋਟੀ ਪਾਣੀ ਖਾਧਾ ਰਾਤ ਕੱਤੀ ਗੱਲਾਂ ਬਾਤਾਂ ਕਰੀਆਂ ਸਾਰੀ ਰਾਤ ਬੈਠੀਆਂ ਰਹੀਆਂ ਜਾਗਦੀਆਂ ਰਹੀਆਂ ਤੜਕੇ ਨੂੰ ਵੀਰ ਲਾਲੀ ਰੁੜਕੀ ਵਾਲਾ ਜਿਹੜਾ ਉਹ ਸਾਨੂੰ ਬੱਸ ਚੜਾ ਗਿਆ ਪਟਿਆਲੇ ਦੀ ਅਸੀਂ ਪਟਿਆਲੇ ਪਹੁੰਚ ਗਏ ਕਹਿੰਦੀ ਹੁਣ ਦੁੱਖ ਨਿਵਾਰ ਵੀ ਮੱਥਾ ਟੇਕ ਚੱਲ ਸਹੀ ਗੱਲ ਹੈ ਹਾਂ ਰੋਜ਼ ਰੋਜ਼ ਤਾਂ ਨਿਕਲਿਆ ਨਹੀਂ ਜਾਂਦਾ ਸਹੀ ਹੈ ਹਾਂ ਅਸੀਂ ਵੀਰ ਉਦੋਂ ਬਾਅਦ ਮੱਥਾ ਟੇਕਿਆ ਸੰਗਰੂਰ ਵਾਲੀ ਬੱਸ ਚ ਬਹਿ ਗਈਆਂ ਜਦੋਂ ਬੱਸ ਬੈਠੀਆਂ ਤੇ ਬੱਸ ਕੁਦਰਤੀ ਕੁੜੇ ਢੱਡਰੀ ਵਾਲੇ ਬਾਬੇ ਦੇ ਗੁਰਦੁਆਰੇ ਕੋਲੇ ਰੁਕ ਗਈ ਲੈ ਅੰਮਾ ਜੀ ਦੇਖ ਲੈ ਕਿਸਮਤ ਹੈ ਹਾਂ ਅਸੀਂ ਤਾਂ ਮਾਰੀ ਛਾਲ ਚੱਲ ਮੱਥਾ ਟੇਕਿਆ ਗਾਹ ਸਨ ਢੱਡਰੀ ਵਾਲਾ ਬਾਬਾ ਮਿਲ ਗਿਆ ਅੰਮਾ ਜੀ ਜਮਾ ਹੀ ਸਵਰ ਤਾਂ ਕਿਸਮਤ ਚਮਕ ਗਈ ਮੈਂ ਕਿਹਾ ਭੈਣੇ ਆਏ ਸਾਹਮਣੇ ਬਾਬਾ ਬੈਠਾ ਆਏ ਅਸੀਂ ਬੈਠੀਆਂ ਮੂੰਹੋਂ ਦੂਈ ਗੱਲਾਂ ਕਰੀਆਂ ਚੱਲ ਭੈਣੇ ਉਦੋਂ ਬਾਅਦ ਉੱਥੇ ਲੰਗਰ ਪਾਣੀ ਕਹਿੰਦੇ ਛੱਕ ਕੇ ਜਾਓ ਚਾਹ ਵਧੀਆ ਬਣਾਈ ਉਹਨਾਂ ਨੇ ਉਦੋਂ ਬਾਅਦ ਫੇਰ ਬੱਸ ਚ ਬਹਿ ਗਿਆ ਨੀ ਭਵਾਨੀ ਗੜ ਕੋਲੇ ਜਦੋਂ ਮੈਂ ਪਹੁੰਚੀ ਨੀ ਮਿੰਦਰੋ ਮੇਰੀ ਤਾਂ ਵਾਲੀ ਲਾਲੀ ਇੱਕ ਕਿਸੇ ਨੇ ਕੁੜੇ ਨੀ ਮੇਰੇ ਤਾਂ ਦੰਦਣਾ ਪਾਏ ਮੇਲੋ ਮੇਰੇ ਮੂੰਹ ਚ ਪਾਣੀ ਪਾਵੇ ਮੇਰੀ ਦੰਦਣ ਤੋੜੇ ਫਿਰ ਕਨੈਕਟਰ ਕਹਿੰਦਾ ਰੋ ਪਿੱਟ ਕੇ ਕੋਈ ਫਾਇਦਾ ਨੀ ਜੇਬ ਕਤਰੀਆਂ ਆਮ ਹੀ ਤੁਰੀਆਂ ਫਿਰਦੀਆਂ ਨੇ ਜਿੱਦਾਂ ਦਾ ਕਿਰਾਇਆ ਮਾਫ਼ ਹੋਇਆ ਚੱਲ ਭੈਣੇ ਅਸੀਂ ਬਹਿ ਗਈਆਂ ਜਦੋਂ ਅਸੀਂ ਸੰਗਰੂਰ ਪਹੁੰਚੀਆਂ ਉੱਥੇ ਜਦੋਂ ਦੂਜੀ ਵਾਲੀ ਤੇ ਹੱਥ ਲਾਇਆ ਮੇਰੀ ਤਾਂ ਵਾਲੀ ਵੀ ਲਾ ਲਈ ਮੈਂ ਮੱਚ ਗਈ ਅੰਮਾ ਜੀ ਦੂਜੀ ਵੀ ਲਾ ਲਈ ਹੈ ਨੀ ਮੈਂ ਕਿਹਾ ਉੱਥੇ ਮੈਨੂੰ ਪੁੱਛ ਕੇ ਦੇਖ ਨੀ ਦਿਮਾਗ ਦੀ ਨਾਲੀ ਪੱਟ ਨਾਲੀ ਹੋ ਗਈ ਮੇਲੋ ਮੂੰਹ ਚ ਪਾਣੀ ਪਾ ਕਰੇ ਸੰਭਾਲਿਆ ਕਰੇ ਦੋ ਤਿੰਨ ਮਿੰਟਾਂ ਬਾਅਦ ਵੀਰ ਮੇਲੋ ਦੇ ਦੰਦਣ ਪੈ ਗਈ ਨੀ ਦੰਦਣ ਨੂੰ ਕੀ ਦੋਸ ਹੈ ਅੰਮਾ ਜੀ ਨਾ ਮੇਲੋ ਦੇ ਕਿਉਂ ਦੰਦਣ ਪਾਏਗੀ ਤੇਰੇ ਹੇਠ ਚ ਪਾਏਗੀ ਨੀ ਕਾਨੂੰ ਉਹਦੀ ਚੈਨੀ ਵੀ ਲਾ ਲਈ ਕਿਸੇ ਨੇ ਮੈਂ ਮੱਚ ਗਈ ਨੀ ਫੇਰ ਤਾਂ ਤੁਸੀਂ ਚਾਰ ਪੰਜ ਤੋਲੇ ਨੂੰ ਥੁੱਕ ਲਵਾ ਕੇ ਘਰੇ ਵੜੀਆਂ ਬਣੀਆਂ ਨੇ ਤੀਰਥ ਸਥਾਨਾਂ ਨੇ ਉਹ ਤਾਂ ਠੀਕ ਹੈ ਜੋ ਨਸਕਾਨ ਹੋਣਾ ਤੀ ਹੋ ਗਿਆ ਨੀ ਹਾਲੇ ਤੇਰੇ ਬਾਬੇ ਦਾ ਨੀ ਪਤਾ ਮੇਰੇ ਨਾਲ ਕੀ ਕਰੂਗਾ ਕੁੜੇ ਬਸ ਅੰਮਾ ਜੀ ਮਨ ਹੋਣਾ ਨਾ ਕਰ ਦੇਖ ਲਾ ਮੇਰੇ ਸਾਲੇ ਦੀ ਸਾਰੇ ਪੰਜਾਬ ਦਾ ਲਾ ਕੇ ਆਈ ਅੱਜ ਦੇ ਕਰਾਏ ਮਾਫ ਹੋਇਆ ਕਿਥੇ ਘਰੇ ਖੜੀ ਆ ਮੇਰੇ ਸਾਲੇ ਦੀ ਬੇਅਕਲ ਜਨਾਨੀ ਆ ਜਿਹੜੀਆਂ ਰਿਸ਼ਤੇਦਾਰੀਆਂ ਵਿੱਚ ਬੋਲਚਾਲ ਵੀ ਹੈ ਨੀ ਉੱਥੇ ਵੀ ਹੱਲ ਹੱਲ ਕਰਦੀ ਫਿਰਦੀ ਆ ਵੇ ਮੈਂ ਨਿਕਲ ਕੇ ਨਹੀਂ ਗਈ ਤੀਰਥ ਸਥਾਨ ਤੇ ਗਈ ਤੀ ਦੇਖ ਕਿਉਂ ਮਾੜੇ ਵਚਨ ਬੋਲਦਾ ਤੈਨੂੰ ਨਰਕਾਂ ਚ ਢੋਏ ਨੀ ਮਿਲਣੀ ਨਰਕਾਂ ਚ ਗਿੱਠ ਮੁਠੀਆ ਓਏ ਆਹੋ ਜਾਣਦਾ ਮੈਂ ਤੈਨੂੰ ਵੱਡੀ ਰੱਬ ਦੀ ਭਗਤਣੀ ਨੂੰ ਆ ਚੁਗਲੀਆਂ ਕਰਨ ਤਾਂ ਦੋ ਪਿੰਡ ਟੱਪ ਜਾਂਦੀ ਆ ਕਿਹੜਾ ਕੰਜਰ ਕਹਿੰਦਾ ਮੈਂ ਚੁਗਲੀਆਂ ਕਰਦੀ ਆ ਵੇ ਮੈਂ ਤਾਂ ਚੁਗਲੀ ਕਰਨ ਵਾਲੇ ਦੀ ਮਕਾਨ ਨਹੀਂ ਜਾਂਦੀ ਹਾ ਉਹੀ ਮੇਰਾ ਬਾਤ ਪਿਆ ਤੂੰ ਆ ਬਾਤ ਪਿਆ ਮੈਂ ਤੇਰੇ ਵੱਡੀ ਰਕਾਨ ਦੇ ਪੂਰੇ ਦੋ ਤੋਲੇ ਦੀਆਂ ਸੀ ਬਾਲੀਆਂ ਜੜੀਆਂ ਸਫਰ ਦੀ ਬਲੀ ਚਾੜਤੀਆਂ ਹਾਏ ਹਾਏ ਜਿਹੜੀ ਮੇਰੀ ਸੌਂਕਣ ਨੇ ਮੇਰੀਆਂ ਵਾਲੀਆਂ ਲਾਹੀਆਂ ਨੇ ਮੈਂ ਤਾਂ ਕਹਿੰਦੀ ਉਹਦੇ ਵਾਚੜੇ ਮਰ ਜਾਣ ਵੇ ਉਹਦਾ ਕੱਖ ਨਾ ਰਹੇ ਵੇ ਵੇ ਮੇਲੋ ਦੀ ਚਾਈਨੀ ਵੀ ਲਾ ਲਈ ਕੁੱਤੀਆਂ ਨੇ ਮੈਂ ਤੁਹਾਡਾ ਦੋਨਾਂ ਦਾ ਗਾਟਾ ਲਾ ਦੇਣਾ ਨਾ ਹੁਣ ਤੈਨੂੰ ਮੇਲੋ ਬੜੀ ਚੰਗੀ ਲੱਗਣ ਲੱਗ ਗਈ ਵਿਆਹ ਵੇਲੇ ਤਾਂ ਜੱਫੇ ਪਾਪਾ ਲੜਦੀਆਂ ਸੀ ਨਾ ਸਾਡਾ ਕੀ ਵੱਟਦਾ ਰੌਲਾ ਹੈ ਸਖੀ ਭੈਣ ਮੇਰੀ ਮਾਂ ਜਾਈ ਹੈ ਉਹਦਾ ਕੋਈ ਕਸੂਰ ਨੀ ਉਹਨੂੰ ਤਾਂ ਮਾਂ ਲੈ ਕੇ ਗਈ ਤੀ ਹਾਂ ਹਾਂ ਕਸੂਰ ਤੁਹਾਡਾ ਤਾਂ ਕੀ ਆ ਕਸੂਰ ਤਾਂ ਸਾਰਾ ਸਾਲੀ ਸਰਕਾਰ ਦਾ ਹੈ ਆ ਜਿਹੜੇ ਇਹੋ ਜਿਹੀਆਂ ਤੀਵੀਆਂ ਚਬਲਾ ਰੱਖੀਆਂ ਨੇ ਇਹ ਤਾਂ ਮੇਰੇ ਸਾਲੇ ਦੀ ਉਈਓ ਨੀ ਬਾਣ ਚੱਕੂ ਚੋਲਾ ਤੂੰ ਪੇਕੇ ਚੱਕੂ ਚੋਲਾ ਸ਼ਹਿਰ ਬਾਕੀ ਉੱਥੇ ਕੀ ਮਖਾਣੇ ਲੈਣ ਗਈ ਤੀ ਤੇਰਾ ਪੱਲਾ ਪਾਉਣ ਜਾਂਦੀਆਂ ਆ ਮੱਚ ਗਿਆ ਆ ਮੱਚ ਗਿਆ ਆ ਮੱਚ ਗਿਆ ਤੇਰਾ ਵਹਿ ਜੇ ਵੇੜਾ ਵੇ ਮੈਂ ਤੇਰੇ ਲੜ ਲੱਗ ਕੇ ਰੁੜਗੀ ਚੰਗਾ ਭਲਾ ਮੈਨੂੰ ਵੇਵੇ ਮੱਚ ਦਾ ਰਿਸ਼ਤਾ ਆਉਂਦਾ ਤੀ ਜਾਣ ਬੁੱਝ ਕੇ ਗਿੱਠ ਮੁੱਟੀਆ ਡੂੜ ਫੁੱਟਾ ਬੰਦਾ ਪੱਲੇ ਪਾਇਆ ਵੇ ਹਾਂ ਹਾਂ ਐਵੇਂ ਕਿਤੇ ਭੁਲੇਖੇ ਚ ਨਾ ਰਹੀ ਆ ਮੈਨੂੰ ਵੀ ਤਾਂ ਬਲਵੀਰ ਕੌਰ ਦਾ ਰਿਸ਼ਤਾ ਆਉਂਦਾ ਤੀ ਮੇਰੇ ਸਾਲੇ ਦੇ ਪੱਲੇ ਪੈ ਗਈ ਅਨਪੜ੍ਹ ਜਲਾਨੀ ਉਹਨੇ ਤੇਰੇ ਵੱਟ ਕੱਢ ਦੇਣੇ ਸੀ ਵੱਟ ਬਲਵੀਰ ਕੌਰ ਨੇ ਵੇ ਤਾਂ ਮੈਂ ਆ ਜਿਹਨੂੰ ਦਾਏ ਦਾਏ ਕੁੱਟ ਲੈਣਾ ਦਾਏ ਦਾਏ ਗਾਲਾਂ ਕੱਢ ਲੈਣਾ ਉਹਨੇ ਤਾਂ ਤੇਰੀ ਧਾਨ ਮਰੋੜ ਦੇਣੀ ਸੀ
चूंटी बढ़ लो ना होर मेरा तो जी करता मैं कुछ खा के मर जा तेनू कुछ खा के मरदी के लोड़ आ तेरे अर्गिया जनानिया ता ओए खंभे नाल के सड़के सड़के मर जांदियां ने ना मैं ऐसा बे अकल खुणो ता लगदियां आ बाकी पूछ दी कमी आ साले मार खंडा जे मैं सुनदी ना मार के सिंह तेरियां अंतरा बाहर कर दंदी ओ सिंह मार अपने अगले पिछलियां दे बे ना मेरा ब्लड वधावे मैं गई बे डॉक्टर नु बुला दे मेरे गुरु को सलवा दे वे मेरे सिर च बस बोली जांदी है हुन मेरे साले डॉक्टर ने 5000 दा बिल बना लेना आए कर जहर दा टीका लवा दे वे सता खत्म कर दे वे नाले तू चौड़ा हो जाएगा बूबे वे मेरे सिर च बस बोली जांदी है वे मैं तौबा कर दिया तौबा कर दिया बाबे मराने दी सौं खानी आ मैं बस च नहीं जांदी वे मैं फ्री वाली बस ने मरवाती वे फ्री दी बस ने मेरा नसखान कराता वे मैं लुटी गई वे मैं पट्टी गई वे शुक्र है सरकार दा ओ जड़ा ओना ने बसा दा ही कराया माफ कीता के तेरे लांदा माफ कीता होंदा ओए दे अर्गियां जनानियां ता हजूर साहब तो लभ के ल्याउणियां पैणियां ती हां